ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਜੂਮੈਟ ਕੀ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਅੱਜ ਕਰਾਂਗੇ ਪਾਰਟ 8ਵਾਂ 8ਵੀਂ ਕਲਾਸ ਦਾ ਆਫਤ ਤੇ ਪ੍ਰਬੰਧਨ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧਰਤੀ ਦੇ ਹਿੱਲਣ ਨੂੰ ਅਸੀਂ ਕੀ ਕੀ ਨਾਂ ਦਿੰਦੇ ਹਾਂ ਭੂਚਾਲ ਭੂਚਾਲ ਰਿਕਾਰਡ ਕਰਨ ਵਾਲੇ ਜੰਤਰ ਨੂੰ ਕੀ ਕਹਿੰਦੇ ਨੇ ਸਿਸਮੋਗ੍ਰਾਫ ਉੱਤਰੀ ਅਮਰੀਕਾ ਵਿੱਚ ਆਉਣ ਵਾਲੇ ਚੱਕਰਵਾਤਾਂ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ਹਰੀਕੇਨ ਕਿਹੜਾ ਜਵਾਲਾਮੁਖੀ ਵਿੱਚ ਕਦੇ-ਕਦੇ ਲਾਵਾ ਨਿਕਲਦਾ ਹੈ ਕਿਰਿਆਸ਼ੀਲ ਜਵਾਲਾਮੁਖੀ ਦੇ ਵਿੱਚ ਜਿਸ ਜਵਾਲਾਮੁਖੀ ਦਾ ਨਿਸ਼ਾਨਾ ਤਾਂ ਦਿਖਾਈ ਦਿੰਦਾ ਹੈ ਪਰੰਤੂ ਉਸ ਦੇ ਫਟਣ ਬਾਰੇ ਇਤਿਹਾਸ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ ਉਸ ਨੂੰ ਕਿਹੜਾ ਜਵਾਲਾਮੁਖੀ ਕਹਿੰਦੇ ਨੇ ਸੁੱਤਾ ਜਵਾਲਾਮੁਖੀ ਜੋ ਸਮੁੰਦਰੀ ਲਹਿਰ ਭਚਾਲ ਜਵਾਲਾਮੁਖੀ ਧਰਤੀ ਦੇ ਖਿਸਕਣਾ ਤੋਂ ਪੈਦਾ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਜਾਂ ਕੀ ਰੱਖਦੇ ਨੇ ਸੁਨਾਮੀ ਜਵਾਲਾਮੁਖੀ ਕਿਰਿਆ ਕਿਸ ਪ੍ਰਕਾਰ ਦੀ ਆਫਤ ਜਵਾਲਾਮੁਖੀ ਕਿਰਿਆ ਜਿਹੜੀ ਇੱਕ ਕੁਦਰਤੀ ਆਫਤ ਹੈ ਦੋਸਤੋ ਇਹਨੂੰ ਕੁਦਰਤੀ ਆਫਤ ਹੀ ਕਾਂਗੇ ਕਿਉਂਕਿ ਕੁਦਰਤ ਦੇ ਦੁਆਰਾ ਹੀ ਇਹ ਸਿਸਟਮ ਬਣਦਾ ਹੈਗਾ ਨੈਕਸਟ 11 ਨਵੰਬਰ 2001 ਨੂੰ ਅਮਰੀਕਾ ਵਿੱਚ ਹੋਏ ਘਾਤਕ ਦੇਸ਼ਤੀ ਹਮਲਾ ਕਿਸ ਪ੍ਰਕਾਰ ਦੀ ਆਪਤ ਸੀ ਮਨੁੱਖੀ ਆਪਤ ਫਸਲਾਂ ਪਸ਼ੂਆਂ ਤੇ ਮਨੁੱਖਾਂ ਵਿੱਚ ਲੋੜੀ ਦਾ ਪਾਣੀ ਸਾਧਨ ਦੀ ਘਾਟ ਹੋ ਜਾਣ ਨੂੰ ਕੀ ਕਹਾਂਗੇ ਸੋਕਾ ਜਿਆਦਾ بارش ਕਰਕੇ ਦਰਿਆਵਾਂ ਤੇ ਨਦੀਆਂ ਵਿੱਚ ਸਮਰੱਥਾ ਤੋਂ ਵਧੇਰੇ ਪਾਣੀ ਆਉਣ ਨੂੰ ਕੀ ਕਹਾਂਗੇ ਹੜ੍ਹ ਗੱਲ ਕਰਾਂਗੇ ਪਾਠ ਨੋਮਾ ਕਿੱਥੇ ਕਦੋਂ ਤੇ ਕਿਵੇਂ ਨੈਕਸਟ ਵੀਡੀਓ ਦੇ ਵਿੱਚ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਵੱਧ ਤੋਂ ਵੱਧ ਕਰੋ ਥੈਂਕ ਯੂ